ਮਾਈਂਡ ਸਪੇਸ ਆਇਲ ਸੈਂਟਰ ਆਪਣੇ ਜਸਵੀਰ ਵੀਰੇ ਦੇ ਆਇਲ ਸੈਂਟਰ ਤੇ ਅੱਜ ਆਪਾਂ ਇੱਥੇ ਰੱਖੀ ਹੈ ਪਾਰਟੀ ਅੱਜ ਆਪਾਂ ਇੱਥੇ ਬਣਾਵਾਂਗੇ ਟਿੱਕੇ ਪਨੀਰ ਟਿੱਕਾ ਸਾਰੀ ਤਿਆਰੀ ਕਰਦੇ ਹਾਂ ਆਪਾਂ ਔਰ ਨਾਲ ਦੀ ਨਾਲ ਤੁਹਾਨੂੰ ਬਣਾਉਣਾ ਵੀ ਸਿਖਾਵਾਂਗੇ ਪਨੀਰ ਟਿੱਕਾ ਬਣਨਾ ਕਿਵੇਂ ਹੈ ਆਓ ਆਪਾਂ ਹੁਣ ਚੱਲਦੇ ਹਾਂ ਅੰਦਰ ਤੇ ਕਰਦੇ ਹਾਂ ਤਿਆਰੀਆਂ ਸ਼ੁਰੂ ਆ ਲਓ ਆਹ ਤਿਆਰੀਆਂ ਪਹਿਲਾਂ ਹੀ ਚੱਲੀਆਂ ਸ਼ੁਰੂ ਹੋ ਗਈਆਂ ਨੇ ਸਮਾਨ ਸਾਰਾ ਤਿਆਰ ਹੈ ਆਪਣਾ ਤੇ पार्टी शुरू हो चुकी है तो चलो आप हम फटाफट तैयारी शुरू करते हैं जी कादी पनीर टिक्के दी काफ़ी सारे टिक्के बन रहे हैं अब आप पार्टी भी आए हुए हैं इस करके तो पहले स्टेप के आप करना है कि आप थोड़ा बेसन लैके उन्होंने भुन लेना तो बेसन भुन रहे हैं जी आप अज कड़छियां है नहीं इसलिए आप चापुआ करदा ना ही लगे पे हैं बेसन अपना भुज गया है हम आप करा ट्रांसफर गैस कर दो बंद क्योंकि कढ़ाई के गर्मी होती है इन आप हम ट्रांसफर करा फिर आप तैयार कर रहे आपके टिक्किया का बैटर लो जी इस तरह के किसी भांडे को अपना भुजा हुआ बेसन पा लो तो पा दो दही आ गया जी दही एक हो सोडियम क्लोराइड NaCl नमक स्वाद अनुसार हल्दी है जी लाल मिर्च एक आइटम हो रहा है जी अपनी चाट मसाला देखो जी जिहड़े टिक्के हुंदे आ जदों भी आपां पनीर टिक्का या मशरूम टिक्का या ईवन चिकन टिक्का बनाउंदे आ उहदी जो जान हुंदी आ उह बैटर हुंदा है ते बैटर दी जो जान हुंदी आ उह सिर्फ और सिर्फ दही और बेसन हुंदा उस तों इलावा तुसीं जो तुहाडा मन करदा जो तुसीं पाउणा चाहुंदे हो पाओ हाँ एक चीज हो रहा छोटी जी वो है आप जा सरों का तेल पावे थोड़ा जा आप पावे जी सरों का तेल क्या बैटर बनाया अभी मुंडिया ने चलो जी बैटर हो गया अपना तैयार सोना सोना बहुत ईवन सिल्की सिल्की तेनों रख लो साइड पे और आप कर दी आपके डेस्क की सफाई कटाई शुरू हो गई है काट डालेंगे डाइस कर लो मेरे प्याज जिन्हें भी सब्जियां सारी हैं कर ले प्याज नहीं ते रोयो ना हाथ में चुके जाओ जे रोओगे ये हो सकता थोड़े टिक्किया च नमक बढ़ जाए क्योंकि अथरों च नमक होंगे दीदी मई टमाटर और शिमला मिर्च भी आप कट लेनी है जी डाइस कर लेनी हैगी है हाँ साइज देख लो लो जी शिमला मिर्चा की भी बारी आ गई लो जी बारी आ गई हम पनीर की लो जी अपनी शुरू हुई है अगली स्टेज टिक्किया की जादू कसूरी मेथी थोड़ा जा क्रश करके पा दो जरा ये आप बैटर बनाया है टिक्कियों के लिए इनू थोड़ी देर के लिए रखता से आप आराम करने के लिए हूँ आप मैरीनेट करा जो अपने को आइटम ने और मैरीनेट करने तो बाद फिर थोड़ी देर अपना फ्रिज लाओ क्या ही बात ने भावें मशरूम पा लो पनीर पा लो तुम सोया पनीर जिन्हों कहते हैं टोफू वो पा सकते हो कुछ भी बना सकते हो थोड़े जे हाथ लाने पड़ने हैं कुछ गंदी करनी पड़ी
ਲੋ ਜੀ ਆਪਾਂ ਆ ਗਏ ਆ ਸਿੱਖਾਂ ਦੀ ਸਟੇਜ ਤੇ ਲਾ ਲੋ ਸਿੱਖਾਂ ਇਸ ਤਰ੍ਹਾਂ ਦੀਆਂ ਡੰਡੀਆਂ ਲੈ ਲਓ ਮੈਂ ਬਾਜ਼ਾਰੋਂ ਲੈ ਕੇ ਆਉਂਦੀਆਂ ਨੇ ਜਦੋਂ ਗਰਮ ਹੋਣਗੀਆਂ ਸਿੱਖਾਂ ਤੁਹਾਡੀਆਂ ਉਦੋਂ ਜਿਹੜਾ ਪਨੀਰ ਜਾਂ ਵਿੱਚ ਹੋਰ ਚੀਜ਼ਾਂ ਹੈਗੀਆਂ ਇਹਨਾਂ ਨੇ ਨਾ ਇੱਕ ਸਾਈਡ ਤੇ ਜਾਣਾ ਸ਼ੁਰੂ ਕਰ ਦੇਣਾ ਇਹ ਧਿਆਨ ਨਾਲ ਦੇਖ ਕੇ ਤੁਸੀਂ ਸੈਂਟਰ ਦੇ ਵਿੱਚ ਲਗਾਓ ਜਿੰਨੀਆਂ ਵੀ ਸਬਜ਼ੀਆਂ ਲਗਾਓ ਆਪਣੇ ਇੰਦਰਪ੍ਰੀਤ ਜੀ ਨੇ ਤੰਦੂਰ ਪਕਾਉਣਾ ਸ਼ੁਰੂ ਕਰਤਾ ਤੰਦੂਰ ਸਾਹਿਬ ਜੀ ਜ਼ੋਰ ਫੜ ਰਹੇ ਆ ਹੌਲੀ ਹੌਲੀ ਅੱਜ ਹਲਵਾਈ ਅੱਡੇ ਵਾਲਿਆਂ ਨੂੰ ਮਾਣੂ ਗਿਆ ਤੋਂ ਇੱਕ ਅਸਿਸਟੈਂਟ ਹਲਵਾਈ ਮਿਲ ਗਿਆ ਗੋਰਾ ਬਾਈ ਜੀ ਕਿਵੇਂ ਲੱਗਦਾ ਪਿਆ ਤਾਂ ਵਧੀਆ ਪਿਆ ਜੀ ਕਿਹੋ ਜਿਹਾ ਸਵਾਦ ਆਇਆ ਖਾਊਂਗਾ ਤਾਂ ਪਤਾ ਨਹੀਂ ਕੀ ਹੋਊਗਾ ਚੁੱਲ੍ਹੇ ਦੇ ਨਹੀਂ ਕਹਿੰਦੇ ਰੋਟੀ ਖਾਣ ਦਾ ਬੜਾ ਸਵਾਦ ਹੁੰਦਾ ਤੇ ਉਸੇ ਤਰ੍ਹਾਂ ਹੀ ਚੁੱਲ੍ਹੇ ਤਰ੍ਹਾਂ ਅਗਲੀ ਵਾਰੀ ਆਪਾਂ ਕੁਝ ਵੀ ਬਣਾਵਾਂਗੇ ਗੋਰੇ ਬਾਈ ਤੂੰ ਸਾਡੇ ਨਾਲ ਫੇਰ ਆਈ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਮੌਕਾ ਦੇਵੋਗੇ ਤਾਂ ਚੱਕ ਲਓ ਬੱਟੇ ਜੀ ਤਾਂ ਡੱਕਾ ਲੈ ਲਾ ਆਹ ਮਜ਼ਾ ਆ ਗਿਆ ਰਾਜਾ ਬੇਟਾ ਮੱਕੇ ਵਾਲਾ ਸਮਾਨ ਠਿਕਾਣੇ ਲਗਾਉਂਦੇ ਹੋਏ ਨਵੀਨ ਸਰ ਢਿੱਡ ਭਰਿਆ ਕਿ ਨਹੀਂ ਹਾਂ ਨਹੀਂ ਭਰਿਆ ਹੈ ਕਿੰਨਾ ਕੁ ਜ਼ੋਰ ਹੋਣ ਲੱਗੂ ਬਸ ਥੋੜਾ ਨਹੀਂ ਥੋੜਾ ਨਹੀਂ ਗਰੇਵਾਲ ਸਾਹਿਬ ਕੀ ਹਾਲ ਚਾਲ ਹੈ ਓਕੇ ਜਨਾਬ ਆਪਣਾ ਸੁਣ ਓਕੇ ਪੂਰਾ ਓਕੇ ਹੈ ਲੱਗੇ ਹੋ ਜੀ ਕਾਫੀ ਦਾਰੂ ਸ਼ਰਾ ਕਰ ਦਿੰਦੇ ਗਰੇਵਾਲ ਸਾਹਿਬ ਮੈਨੂੰ ਸੁਣਨ ਚ ਆਇਆ ਕਿ ਤੁਹਾਡੇ ਫਰਜ਼ੰਦ ਨੇ ਵੀ ਕਿਹਾ ਵੀ ਮੇਰੇ ਲਈ ਵੀ ਟਿੱਕੇ ਲੈ ਕੇ ਆਇਓ ਪਾਪਾ ਉਹ ਤੁਹਾਡੀਆਂ ਵੀਡੀਓ ਬਹੁਤ ਦੇਖ ਰਹੇ ਮੈਨੂੰ ਪਤਾ ਲੱਗਿਆ ਵੀ ਸ਼ਰਮਾ ਜੀ ਪਨੀਰ ਟਿੱਕਾ ਬਣਾ ਰਹੇ ਨੇ ਉਹਦੇ ਖਾਣਾ ਤਾਂ ਸ਼ਰਮਾ ਜੀ ਦੇ ਹੱਥ ਦਾ ਹੀ ਜਾਣਾ ਤਾਂ ਸ਼ਰਮਾ ਜੀ ਘੜਿਆ ਕੇ ਬਣਾ ਜਾਂਗੇ ਆਪਣੇ ਮੈਂ ਤੁਹਾਨੂੰ ਸ਼੍ਰੀਮਾਨ ਜਸਵੀਰ ਸਿੰਘ ਸਿਰਾ ਭਾਈ ਤੁਹਾਨੂੰ ਸ਼ਰਮ ਜੀ ਕਾਹਦੀ ਆਈ ਜਾਂਦੀ ਹੈ ਦੱਸੋ ਸ਼ਰਮ ਨਹੀਂ ਸ਼ਰਮ ਕਰ ਸ਼ਰਮ ਨਾਲ ਜਾਰੀ ਹੋਵੇ ਤਾਂ ਸ਼ਰਮਾ ਹਾਂ ਸ਼ਰਮਾ ਵੇ ਨਹੀਂ ਅਸੀਂ ਤਾਂ ਬਸ਼ਰਮੇ ਹੁੰਨੇ ਆ ਬੱਲੇ ਬੁਲੇ ਸ਼ਰਮਾ ਬਸ਼ਰਮਾ ਪੁੱਛਿਆ ਤੂੰ ਫੋਨ ਕਰ ਅੱਛਾ ਕਿੰਨੇ ਕ ਟਿੱਕੇ ਖਾ ਜਾਓਗੇ ਅੱਧਾ ਕਿਲੋ ਪੌਣਾ ਕਿਲੋ ਕਿਲੋ ਕੁਆਂਟੀਟੀ 3-400 ਗ੍ਰਾਮ ਬਸ ਗਣ ਕਿਹੜੇ ਚੜ ਕੇ ਖਾਦੂ ਅੱਛਾ ਗੈਸ ਰਹਿੰਦੀ ਤਾਂ ਕਰਕੇ ਹੈ ਚਲੋ ਉਹਦਾ ਵੀ ਇਲਾਜ ਕਰਾਂਗੇ ਤੁਹਾਡਾ ਕਿਸੇ ਦਿਨ ਜ਼ਰੂਰ ਸ਼੍ਰੀਮਾਨ ਇੰਦਰਪ੍ਰੀਤ ਸਿੰਘ ਜੀ ਮਾਟ ਜੀ ਆਈਪੀ ਮੈਪ ਟਿਊਬ ਵਾਲੇ ਤੁਹਾਡੀ ਟਿਊਬ ਕਿੱਦਾਂ ਚੱਲਦੀ ਟਿਊਬ ਠੀਕ ਹੈ ਜੀ ਹਜੇ ਉਹਦੇ ਤੇ ਥੋੜੀ ਹਵਾ ਘੱਟ ਹੈ ਤੇ ਹਵਾ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਓਕੇ ਕਿਵੇਂ ਲੱਗਿਆ ਤੁਹਾਨੂੰ ਟਿੱਕੇ ਵਾਲਾ ਐਕਸਪੀਰੀਅੰਸ ਟਿੱਕਾ ਭਾਜੀ ਬਹੁਤ ਵਧੀਆ ਸੀਗਾ ਅਗਲੀ ਵਾਰ ਪਾਰਟੀ ਕਦੋਂ ਕਰਨੀ ਹੈ ਤੇ ਅਗਲੀ ਵਾਰ ਉਮੀਦ ਕਰਦੇ ਹਾਂ ਕਿ ਤੁਹਾਡੇ ਤੋਂ ਜਲਦੀ ਤੁਸੀਂ ਬੇਰ ਬਣਾਉਂਗੇ ਸਾਡੇ ਲਈ ਟਿੱਕੇ ਟਿੱਕਾ ਪਾਰਟੀ ਕਰਨੀ ਮਸ਼ਹੂਰ ਨਹੀਂ ਕਰਦੇ ਨਵੀਂ ਚੀਜ਼ ਇੱਕ ਮੇਰੀ ਡਿਮਾਂਡ ਹੈ ਤੁਸੀਂ ਭਟੂਰੇ ਛੋਲੇ ਬਣਾ ਕੇ ਖਾਓ ਚਲੋ ਕਿਸੇ ਸੰਡੇ ਉਹ ਵੀ ਰੱਖ ਲੈਂਦੇ ਆ ਆਪਾਂ ਉਹਨੇ ਦੋ ਦੋ ਹੀ ਆ ਮਾਣੂ ਕਿਹਾ ਰਾਜਾ ਬੇਟਾ ਖਾਏਗਾ 15 ਭਟੂਰੇ